ਸਸਤੀ ਗੱਲ ਹੀ ਸਾਰਿਆਂ ਨੂੰ ਤੇ ਵੈਲਕਮ ਆ ਤੁਹਾਡਾ ਨਿਊ ਵੀਡੀਓ ਚ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਗੱਲ ਕਰਾਂਗੇ ਰਮਾਨੀਆਂ ਦੇ ਟਾਈਮ ਬਾਰੇ ਟਾਈਮ ਜ਼ੋਨ ਆ ਜਿਹੜਾ ਨਾ ਉਹਦਾ ਥੋੜਾ ਜਿਹਾ ਬਦਲੇ ਉਹਨੇ ਫੇਰ ਬਦਲ ਹੋਇਆ ਦੇ ਵਿੱਚ ਥੋੜੀ ਜਿਹੀ ਚੇਂਜਿੰਗ ਹੋਈ ਆ ਉਹ ਇਹ ਹੋਇਆ ਕਿ 25 ਤਰੀਕ ਤੋਂ ਜਿਹੜਾ ਟਾਈਮ ਰਮਾਨੀਆਂ ਦਾ ਉਹ 1 ਘੰਟਾ ਮਤਲਬ ਇੰਡੀਆ ਤੋਂ ਰੂਮਾਨੀਆ ਦਾ ਜਿਹੜਾ ਡਿਫਰੈਂਸ ਹਨ ਉਹ ਵੱਜ ਜਾਣਾ ਵਾ 1 ਘੰਟਾ ਅੱਗੇ ਮਤਲਬ ਸੀਗਾ 2 ਘੰਟੇ 30 ਮਿੰਟ ਦਾ ਫਰਕ ਸੀ ਇੰਡੀਆ ਤੋਂ ਰੂਮਾਨੀਆ ਦਾ ਹੁਣ 3 ਘੰਟੇ 30 ਮਿੰਟ ਦਾ ਫਰਕ ਹੋਣਾ ਯਾਨੀ ਸਾਢੇ 3 ਘੰਟੇ ਦਾ ਹੁਣ ਫਰਕ ਹੋ ਜਾਣਾ ਵਾ 25 25 ਦੀ ਸਵੇਰ ਨੂੰ ਜਦੋਂ 4 ਵੱਜਣੇ ਆ ਠੀਕ ਆ ਇਹਨਾਂ ਨੇ ਉਹਦੇ ਵਿੱਚ ਮਤਲਬ ਟਾਈਮ ਵਿੱਚ ਚੇਂਜਿੰਗ ਕਰ ਦਿੱਤੀ ਆ 4 ਦੀ ਥਾਂ 3 ਵੱਜਣਗੇ ਉਹ ਉਹ ਥੋੜਾ ਫੇਰ ਬਦਲ ਕਰ ਦਿੱਤਾ ਇਹਨਾਂ ਨੇ ਉਹਦਾ ਇਹ ਕਾਰਨ ਕਿ ਵਿంటర్ ਸਟਾਰਟ ਸਰਦੀਆਂ ਇੱਥੇ ਸਟਾਰਟ ਹੋ ਗਈਆਂ ਤੇ ਸਰਦੀਆਂ ਨੂੰ ਮੌਸਮ ਜਿਹੜਾ ਠੰਡਾ ਹੋ ਜਾਂਦਾ ਜੀ ਦਸੰਬਰ ਤੋਂ ਤਕਰੀਬਨ ਯੂਰਪ ਦੇ ਬਹੁਤ ਕੰਟਰੀ ਆ ਜਿਹੜੇ ਟਾਈਮ ਪਿੱਛੇ ਕਰਦੇ ਆ ਤਕਰੀਬਨ ਬਲਗਾਰੀਆ ਜਿਵੇਂ 25 ਤਰੀਕ ਤੋਂ ਹੀ ਹੋਣਾ ਵਾ ਤੇ ਹੋਰ ਕੰਟਰੀ ਵੀ ਹੈਗੇ ਆ ਤਕਰੀਬਨ ਕੰਟਰੀ ਆ ਜਿਹੜੇ ਹਨਾ ਚੇਂਜ ਕਰਦੇ ਆ ਟਾਈਮ 25 ਦਸੰਬਰ ਤੋਂ ਨਾਈਟ ਤੋਂ ਤੇ ਰੂਮਾਨੀਆ ਵੀ ਵਿੱਚ ਆਉਂਦਾ ਉਹਨਾਂ ਦੇ ਉਹਦਾ ਵੀ ਰੂਮਾਨੀਆ ਦਾ ਵੀ 25 ਦਸੰਬਰ ਤੋਂ ਚੇਂਜ ਹੋਇਆ ਰੂਮਾਨੀਆ ਦਾ 25 ਦਸੰਬਰ ਤੋਂ ਸਵੇਰੇ 3 ਵਜੇ ਤੋਂ ਅ ਜੀਂ ਨਹੀਂ ਹੋ ਜਾਣਾ ਵਾ ਠੀਕ ਆ ਜਦੋਂ 4 ਵਜਣੇ ਆ ਹਰਮਾਨੀਆਂ ਵਿੱਚ ਟਾਈਮ 1 ਘੰਟੇ ਪਿੱਛੇ ਜਾਊਗਾ ਤੇ 3 ਵਜਣਗੇ ਇੰਡੀਆ ਟੂ ਹਰਮਾਨੀਆਂ ਦਾ ਜਿਹੜਾ ਫਰਕ ਆ ਸਾਢੇ 3 ਘੰਟੇ ਦਾ ਹੋਊਗਾ ਪਹਿਲੋਂ ਸੀਗਾ 2.5 ਘੰਟੇ ਦਾ ਯਾਨੀ 25 ਤਰੀਕ ਤੋਂ ਪਹਿਲੋਂ 25 ਦਸੰਬਰ ਤੋਂ ਪਹਿਲੋਂ ਸੀਗਾ 2.5 ਘੰਟੇ ਦਾ ਹੁਣ 3 ਸਾਢੇ 3 ਘੰਟੇ ਦਾ ਫਰਕ ਹੋਊਗਾ ਤੇ ਇਹ ਫਰਕ ਰਹੂਗਾ ਮਾਰਚ 25 ਤੱਕ ਯਾਨੀ 2021 ਦੇ ਮਾਰਚ 25 ਤੱਕ ਇਹ ਫਰਕ ਇਦਾਂ ਹੀ ਰਹੂਗਾ ਉਦੋਂ ਤੱਕ ਮਤਲਬ ਟਾਈਮ 3.5 ਘੰਟੇ ਦਾ ਫਰਕ ਰਹੂਗਾ ਮਾਰਟ ਤੋਂ ਬਾਅਦ ਦਿਨ ਵਧੀਆ ਹੋ ਜਾਂਦੇ ਕਲੀਅਰ ਹੋ ਜਾਂਦੇ ਸਾਫ ਹੋ ਜਾਂਦੇ ਫਿਰ ਚੇਂਜਿੰਗ ਆ ਜੂਗੀ ਫਿਰ ਟਾਈਮ ਫਿਰ ਪਿੱਛੇ ਕਰ ਦੇਣਗੇ ਫਿਰ 2.5 ਘੰਟੇ ਦਾ ਫਰਕ ਹੋ ਜਾਣਾ ਤੇ ਹੁਣ ਇਸ ਚੀਜ਼ ਦਾ ਦੱਸਣ ਦਾ ਮੇਰਾ ਮਕਸਦ ਇਹ ਹੀ ਸੀ ਕਿ ਜਿੱਦਾਂ ਹੁਣ ਆਪਾਂ ਕਈਆਂ ਦੋਸਤਾਂ ਨੂੰ ਨਹੀਂ ਪਤਾ ਹੈਗਾ ਹਨ ਕਿ ਟਾਈਮ ਕਦੋਂ ਚੇਂਜ ਹੁੰਦਾ ਜਾਂ ਕਿਦਾਂ ਤੇ ਉਹ ਫਿਰ ਰੈਗੂਲਰ ਉਸੇ ਟਾਈਮ ਦੇ ਹਿਸਾਬ ਨਾਲ ਆਪਣੀ ਡਿਊਟੀ ਫਿਨਿਸ਼ ਦੇ ਹਿਸਾਬ ਨਾਲ ਜਾਂ ਜਿੱਦਾਂ ਵੀ ਉਹਨਾਂ ਨੇ ਆਪਣੇ ਘਰੇ ਫੋਨ ਕਰਨਾ ਹੁੰਦਾ ਯਾਰਾਂ ਦੋਸਤਾਂ ਨੂੰ ਫਰੈਂਡ ਨੂੰ ਕਾਲ ਕਰਨੀ ਹੁੰਦੀ ਉਸ ਇਸ ਟਾਈਮ ਦੇ ਚੱਕਰ ਵਿੱਚ ਸੋ ਉਹ ਇਸ ਕਰਕੇ ਮੈਂ ਮਤਲਬ ਇਹ ਵੀਡੀਓ ਕਰ ਰਿਹਾ ਕਿ ਸਾਰਿਆਂ ਨੂੰ ਪਤਾ ਲੱਗ ਜਾ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਕਿ ਸਾਢੇ 3 ਘੰਟੇ ਦਾ ਫਰਕ ਆ ਫਿਰ ਉਸ ਉਸ ਹਿਸਾਬ ਨਾਲ ਤੁਸੀਂ ਟਾਈਮਿੰਗ ਦੀ ਆਪਦੀ ਸੈਟਿੰਗ ਕਰ ਸਕਦੇ ਆ ਸਾਰੀ ਸੋ ਇਸ ਕਰਕੇ ਮੈਂ ਵੀਡੀਓ ਬਣਾਈ ਆ ਤਕਰੀਬਨ 100 ਕੰਟਰੀ ਆ 100 ਕੰਟਰੀ ਆ ਜਿਹਦੇ ਵਿੱਚ ਚੇਂਜਿੰਗ ਹੁੰਦੀ ਰਹਿੰਦੀ ਹੈ ਉੱਪਰ ਥੱਲੇ ਹੁੰਦਾ ਰਹਿੰਦਾ ਵਾ ਧੀਰਮਾਨੀਆਂ ਵਿੱਚ 9032 ਤੋਂ ਇਹ ਉਹਨਾਂ ਨੇ ਸ਼ੁਰੂ ਕੀਤਾ ਸੀ ਟਾਈਮ ਨੂੰ 1 ਘੰਟਾ ਪਿੱਛੇ ਕਰਨ ਦਾ ਇਹਨਾਂ ਨੇ ਸ਼ੁਰੂ ਕੀਤਾ ਸੀ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਥੈਂਕ ਯੂ ਜੀ ਸਾਰਿਆਂ ਦਾ